ਸੱਦਾ ਦਿੰਦੇ ਹਾਂ ਆਪਣੀ ਸਾਰੀਆਂ ਯਾਨੀ ਕਿ 11 ਦੀ 11 ਕੰਟੈਸਟੈਂਟਸ ਨੂੰ, ਫਾਈਨਲਿਸਟ ਨੂੰ, ਕਿ ਉਹ ਮੰਚ 'ਤੇ ਆਉਣ। ਐਲੀਮੀਨੇਸ਼ਨ ਰਾਊਂਡ ਤੋਂ ਪਹਿਲਾਂ ਮੈਂ ਚਾਹੁੰਦੀ ਹਾਂ ਕਿ ਉਹ ਸਾਰੇ ਇੱਥੇ ਆਉਣ, ਕਿਉਂਕਿ ਹੁਣ ਉਹਨਾਂ ਨੂੰ ਨਵਾਜ਼ਿਆ ਜਾ ਰਿਹਾ ਹੈ ਖੂਬਸੂਰਤ ਖੂਬਸੂਰਤ ਟਾਈਟਲਸ ਦੇ ਨਾਲ। ਸੋ ਜ਼ੋਰਦਾਰ ਤਾਲੀਆਂ ਦੇ ਨਾਲ ਸਵਾਗਤ ਕੀਤਾ ਜਾਏ ਉਹਨਾਂ ਸਾਰੇ ਖੂਬਸੂਰਤ ਮੁਟਿਆਰਾਂ ਦਾ। ਥੋੜੀ ਜੀ ਤਾਲੀਆਂ ਹੁਣ ਬਚਾ ਕੇ ਰੱਖ ਲਓ, ਕਿਉਂਕਿ ਹੁਣ ਇਸ ਮੰਚ ਤੇ ਸੱਦਾ ਦੇਣ ਵਾਲੇ ਅਸੀਂ ਆਪਣੇ ਖੂਬਸੂਰਤ ਤੇ ਟੈਲੈਂਟਡ ਜੱਜਸ ਦਾ। ਜ਼ੋਰਦਾਰ ਤਾਲੀਆਂ ਨਾਲ ਸਵਾਗਤ ਸਾਡੇ ਸਾਰੇ ਜੱਜਸ ਦਾ। ਪਲੀਜ਼ ਵੈਲਕਮ ਆਰ ਜੱਜਸ। ਗੁਰਪ੍ਰੀਤ ਚੱਡਾ, ਜ਼ੋਰਦਾਰ ਤਾਲੀਆਂ। ਜਪਜੀ ਖੈਰਾ ਜੀ, ਮਨੀਸ਼ ਪਾਲ ਤੇ ਸਤਿੰਦਰ ਸੱਤੀ, ਜ਼ੋਰਦਾਰ ਤਾਲੀਆਂ। ਤੇ ਇਹਦੇ ਨਾਲ ਹੀ ਅਸੀਂ ਵੈਲਕਮ ਕਰਨਾ ਚਾਹਾਂਗੇ ਪੀਟੀਸੀ ਨੈਟਵਰਕ ਦੇ ਐਮਡੀ ਐਂਡ ਪ੍ਰੈਜ਼ੀਡੈਂਟ ਮਿਸਟਰ ਰਵਿੰਦਰ ਨਾਰਾਇਣ ਜੀ ਦਾ। ਤੇ ਨਾਲ ਹੀ ਨਾਲ ਸੱਦਾ ਦੇਣਾ ਚਾਹੁੰਦੇ ਹਾਂ ਅਸੀਂ ਬਹੁਤ ਹੀ ਟੈਲੈਂਟਡ ਰੋਸ਼ਨ ਪ੍ਰਿੰਸ ਦਾ। ਜ਼ੋਰਦਾਰ ਤਾਲੀਆਂ ਸਾਰੇ ਸਾਰੇ ਜੱਜਸ ਦੇ ਲਈ। ਮੈਨੂੰ ਲੱਗਦਾ ਹੈ ਬਹੁਤ ਖੂਬਸੂਰਤ। ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿ ਕਿਸੇ ਦੀ ਖੁਸ਼ੀ ਦੇ ਵਿੱਚ ਕੋਈ ਸ਼ਾਮਿਲ ਹੋਵੇ। ਇੰਨੇ ਚਾਹ, ਇੰਨੇ ਅਰਮਾਨ ਜਿਹੜੇ ਲੈ ਕੇ ਆਏ ਉਹ ਬੜੇਗਾ ਭਾਵੇਂ ਕੋਈ ਇੱਕ। ਕਿਆ ਬਾਤ ਹੈ। ਸੋ ਪੀਟੀਸੀ ਨੈਟਵਰਕ ਦੇ ਐਮਡੀ ਤੇ ਪ੍ਰੈਜ਼ੀਡੈਂਟ ਰਵਿੰਦਰ ਨਾਰਾਇਣ ਜੀ ਲਈ ਜ਼ੋਰਦਾਰ ਤਾੜੀਆਂ ਤੇ ਰੋਸ਼ਨ ਪ੍ਰਿੰਸ ਭਾਜੀ ਲਈ ਵੀ। ਭਾਜੀ ਪਲੀਜ਼ ਜੁਆਇਨ ਅਸ। ਚਲੋ ਜੀ, ਹੁਣ ਆਪਾਂ ਵਾਰੀ ਵਾਰੀ ਕਰਕੇ ਟਾਈਟਲਸ ਨੂੰ ਨਵਾਜ਼ਦੇ ਹਾਂ। ਇੱਕ ਇੱਕ ਕਰਕੇ ਅਸੀਂ ਦੱਸਾਂਗੇ ਕਿਹੜਾ ਟਾਈਟਲ ਹੈ ਅਤੇ ਉਸਨੂੰ ਜੱਜ ਸਾਹਿਬਾਨ ਜਿਹੜੇ ਆਉਣਗੇ। ਭਾਵੇਂ ਬਹੁਤ ਜ਼ਿਆਦਾ ਗਰਮਾ ਗਿਆ ਮਾਹੌਲ, ਤੁਹਾਨੂੰ ਡਰ ਲੱਗ ਰਿਹਾ ਕਿ ਨਹੀਂ? ਮੈਨੂੰ ਤਾਂ ਬਹੁਤ ਲੱਗ ਰਿਹਾ। ਐਗਜੈਕਟਲੀ, ਮੈਂ ਇੱਥੇ ਸਾਰਿਆਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਵੀ, ਪ੍ਰਿਤਪਾਲ ਤੁਹਾਨੂੰ ਵੀ ਦੱਸਣਾ ਚਾਹਾਂਗਾ, ਜਿਹੜੇ ਟਾਈਟਲਸ ਇੱਥੇ ਦਿੱਤੇ ਜਾਣਗੇ ਜੀ ਉਹ ਇਸ ਬੇਸਿਸ 'ਤੇ ਆ ਕਿਉਂਕਿ ਜੱਜਿਸ ਨੇ ਇਹਨਾਂ ਦੀ ਜਰਨੀ ਨੂੰ ਬਹੁਤ ਬਾਰੀਕੀ ਨਾਲ ਪਹਿਲਾਂ ਤੋਂ ਦੇਖਿਆ ਜੀ ਅਤੇ ਉਸਦੇ ਬੇਸਿਸ 'ਤੇ ਹੀ ਇਹ ਟਾਈਟਲ ਦਿੱਤੇ ਜਾਣਗੇ। ਕਿਹਦਾ ਕਿੱਦਾਂ ਦਾ ਸੁਭਾਅ ਹੈਗਾ ਇਸ ਜਰਨੀ ਦੌਰਾਨ, ਕਿੱਦਾਂ ਦਾ ਨੇਚਰ ਰਿਹਾ, ਉਸ ਬੇਸਿਸ 'ਤੇ ਇਹ ਟਾਈਟਲ ਦਿੱਤੇ ਜਾਣਗੇ। ਬਿਲਕੁਲ। ਸੋ ਸਭ ਤੋਂ ਪਹਿਲਾਂ ਜਿਹੜਾ ਟਾਈਟਲ ਹੈ ਉਹ ਹੈ ਗਿੱਧਿਆਂ ਦੀ ਰਾਣੀ ਅਤੇ ਇਹ ਟਾਈਟਲ ਜਾਂਦਾ ਹੈ ਗੁਰਪ੍ਰੀਤ ਕੌਰ ਨੂੰ। ਜ਼ੋਰਦਾਰ ਤਾਲੀਆਂ। ਇਸ ਟਾਈਟਲ ਨੂੰ ਪ੍ਰੈਜ਼ੈਂਟ ਕਰਨਗੇ ਜਪਜੀ ਖੈਰਾ ਜੀ। ਜਪਜੀ ਖੈਰਾ ਜੀ ਇਸ ਟਾਈਟਲ ਨੂੰ ਪ੍ਰੈਜ਼ੈਂਟ ਕਰਨਗੇ। ਸੋ ਅਸੀਂ ਰਿਕੁਐਸਟ ਕਰਾਂਗੇ ਜਪਜੀ ਖੈਰਾ ਜੀ ਨੂੰ। ਓਕੇ, ਸਤਿੰਦਰ ਸਤੀ ਮੈਮ ਜੀ ਆ ਰਹੇ ਨੇ, ਦੈਟਸ ਨਾਈਸ। ਤਾਲੀਆਂ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਆਲਰਾਈਟ, ਜਿਹੜਾ ਨੈਕਸਟ ਟਾਈਟਲ ਹੈ ਜੀ, ਗੌਰ ਨਾਲ ਸੁਣਿਓ ਜੀ। ਨੈਕਸਟ ਟਾਈਟਲ ਹੈਗਾ ਸੁਣੱਖੀ ਮੁਟਿਆਰ ਦਾ ਤੇ ਇਹ ਜਾਂਦਾ ਜੀ ਕੈਨੇਡਾ ਤੋਂ ਆਈ ਸਿਮਰਨਦੀਪ ਕੌਰ ਨੂੰ ਤੇ ਇਹਨੂੰ ਪ੍ਰੈਜੈਂਟ ਕਰਨਗੇ ਮਨੀਸ਼ ਪਾਲ ਐਂਡ ਇਹਨਾਂ ਨੂੰ ਮਿਲਦਾ ਗੋਦਰੇਜ ਨੰਬਰ 1 ਵੱਲੋਂ ਇੱਕ ਗਿਫਟ ਹੈਂਪਰ। Thank you.
ਸੋ ਇਹਨਾਂ ਨੂੰ ਗੋਦਰੇਜ ਨੰਬਰ 1 ਵੱਲੋਂ ਇੱਕ ਗਿਫਟ ਹੈਂਪਰ ਵੀ ਜਾਂਦਾ ਜੀ ਸੁਨੱਖੀ ਮੁਟਿਆਰ। ਤੇ ਉਸ ਤੋਂ ਪਹਿਲਾਂ ਮੈਂ ਦੱਸ ਦਵਾਂ ਅਸੀਂ ਜਿਹੜੀ ਵੀ ਸੁਨੱਖੀ ਮੁਟਿਆਰ ਦਾ ਨਾਂ ਲੈ ਰਹੇ ਆ ਉਹ ਪਲੀਜ਼ ਸੈਂਟਰ ਸਟੇਜ ਦੇ ਵਿੱਚ ਆਉਣ ਤੇ ਫਿਰ ਉਸ ਤੋਂ ਬਾਅਦ ਜਿਹੜੇ ਜੱਜ ਸਾਹਿਬਾਨ ਨੇ ਉਹ ਵੀ ਸੈਂਟਰ ਵਿੱਚ ਆਉਣ ਤਾਂ ਜੋ ਅਸੀਂ ਤੁਹਾਡੀ ਸੋਹਣੀ ਸੋਹਣੀ ਫੋਟੋ ਚਾਰੇ ਪਾਸੇ ਤੋਂ ਲੈ ਪਾਈਏ, ਕੁਝ ਮੂਮੈਂਟ ਮਿਸ ਨਾ ਹੋ ਜਾਵੇ। ਠੀਕ ਹੈ ਜੀ, ਸੋ ਅਨੋਖੀ ਅਦਾਕਾਰਾ ਸਾਡਾ ਅਗਲਾ ਟਾਈਟਲ ਹੈ ਔਰ ਇਹ ਮਿਲਿਆ ਹੈ ਜੀ ਜਸ਼ਨਜੋਤ ਕੌਰ ਨੂੰ ਜ਼ੋਰਦਾਰ ਤਾਲੀਆਂ। ਇਸ ਟਾਈਟਲ ਨੂੰ ਦੇਣਗੇ ਗੁਰਪ੍ਰੀਤ ਚੱਡਾ ਜੀ। ਆਲਰਾਈਟ, ਜਿਹੜਾ ਚੌਥਾ ਟਾਈਟਲ ਹੈ ਜੀ ਉਹ ਹੈਗਾ ਲੰਮ ਸਲੰਮੀ ਗੁੱਤ ਦਾ ਤੇ ਇਹ ਜਾਂਦਾ ਜੀ ਟਵਿੰਕਲ ਦੀਪ ਕੌਰ ਨੂੰ। ਇਹਨੂੰ ਪ੍ਰੈਜੈਂਟ ਕਰਨਗੇ ਰੋਸ਼ਨ ਪ੍ਰਿੰਸ। ਸੱਦਾ ਦੇਣਾ ਚਾਹੁੰਦੀ ਹਾਂ ਪਹਿਲਾਂ ਹਰਦਿਲ ਅਜ਼ੀਜ਼, ਇਹ ਟਾਈਟਲ ਹੈ, ਪਰ ਮੈਂ ਪਹਿਲਾਂ ਚਾਹੁੰਦੀ ਹਾਂ ਕਿ ਸਾਡੇ ਜੱਜ ਸਾਹਿਬਾਨ ਸੈਂਟਰ 'ਚ ਆ ਜਾਣ। ਸਤਿੰਦਰ ਸੱਤੀ ਜੀ ਪਲੀਜ਼ ਵੀ ਸੈਂਟਰ ਦੇ ਵਿੱਚ ਆ ਜਿਓ। ਅਤੇ ਜਿਹੜਾ ਸਾਡਾ ਹਰਦਿਲ ਅਜ਼ੀਜ਼ ਟਾਈਟਲ ਜਾ ਰਿਹਾ ਹੈ ਉਹ ਜਾ ਰਿਹਾ ਜੀ ਸਿਮਰਨ ਸੂਥਰ ਨੂੰ, ਜ਼ੋਰਦਾਰ ਤਾਲੀਆਂ। ਜਿਹੜਾ ਛੇਵਾਂ ਟਾਈਟਲ ਹੈ ਜੀ ਉਹ ਹੈਗਾ ਦਿਲਕਸ਼ ਮੁਟਿਆਰ ਦਾ। ਸੋ ਟਾਈਟਲ ਦਾ ਨਾਂ ਹੀ ਬੜਾ ਵਧੀਆ ਜੀ। ਇਹ ਜਾ ਰਿਹਾ ਹੁਸਨਦੀਪ ਕੌਰ ਨੂੰ, ਮਨੀਸ਼ ਪਾਲ ਬਾਈ। ਮਨੀਸ਼ ਪਾਲ ਜੀ ਇਸ ਟਾਈਟਲ ਨੂੰ ਪ੍ਰੈਜੈਂਟ ਕਰਨਗੇ। ਅਤੇ ਹੁਣ ਮੈਂ ਰਵਿੰਦਰ ਸਰ ਨੂੰ ਰਿਕੁਐਸਟ ਕਰਾਂਗੀ ਕਿ ਉਹ ਸੈਂਟਰ ਸਟੇਜ ਆਉਣ ਅਤੇ ਨਾਲ ਹੀ ਨਾਲ ਸਾਡੀ ਜਿਹੜੀ ਅਗਲੀ ਬੜੀ ਸੋਹਣੀ ਜਿਹੀ ਟਾਈਟਲ ਆ। ਸ਼ੁਰੂਆਤ 'ਚ ਕਿਹਾ ਸੀ ਨਾ ਕਈ ਬੌਸ ਬੜੇ ਵਧੀਆ ਹੁੰਦੇ ਨੇ, ਇੱਥੇ ਵੀ ਮੌਕਾ ਦੂਜੇ ਨੂੰ ਹੀ ਦਿੱਤਾ ਜਾ ਰਿਹਾ। ਸੋ ਗੁਰਪ੍ਰੀਤ ਚੱਡਾ ਜੀ ਆਏ ਨੇ ਅਤੇ ਅਗਲਾ ਜਿਹੜਾ ਟਾਈਟਲ ਆਇਆ ਹੈ ਜੀ ਸੁਰਖ ਸਿਆਣੀ ਅਤੇ ਇਹ ਜਾਂਦਾ ਹੈ ਅਰਪਣਾ ਸ਼ਰਮਾ ਨੂੰ, ਜ਼ੋਰਦਾਰ ਤਾਲੀਆਂ। ਇੱਕ ਗੱਲ ਦੱਸਾਂ ਜੀ ਤੁਹਾਨੂੰ ਸਾਰਿਆਂ ਨੂੰ, ਦੇਖੋ ਜੀ ਇੱਥੇ ਟਾਈਟਲਸ ਕੁੜੀਆਂ ਨੂੰ ਮਿਲ ਰਹੇ ਹੈ। ਰੋਸ਼ਨ ਬਾਈ ਮੁਸਕਾਨ, ਉਹ ਜਿਹੜਾ ਨਿੱਕਾ ਜਿਹਾ ਨਹੀਂ ਬੈਠਾ ਗੋਲੂ ਜਿਹਾ, ਉਹਦੀ ਮੁਸਕਾਨ ਬਾਹਲੀ ਤੇਜ਼ ਸੀਗੀ, ਬਾਹਲੇ ਭੰਗੜੇ ਪਾਏ। ਆਹ ਬਾਈ ਮਰ ਜਾ ਇੱਧਰ, ਆਹੀ ਆਹੀ ਵਾਲਾ, ਇਹਦੇ ਪਿੱਛੇ ਪਿੱਛੇ ਬੈਠਾ ਇੱਕ, ਉਹ ਗੋਲੂ ਜਿਹਾ, ਆਹ ਵੀ ਗੋਲੂ ਹੀ ਹੈ। ਜਿਹੜੀ ਮਰਜ਼ੀ ਉਮਰ ਸਾਰੇ ਗੋਲੂ ਨੇ ਅੱਜ। ਵਾਹ ਜੀ ਵਾਹ, ਸਾਰੇ ਬਹੁਤ ਇੰਜੋਏ ਕਰ ਰਹੇ ਹੈ, ਦੇਖ ਕੇ ਬੜਾ ਵਧੀਆ ਲੱਗ ਰਿਹਾ ਜੀ। ਅਤੇ ਜਿਹੜਾ ਅਗਲਾ ਟਾਈਟਲ ਹੈ ਉਹ ਹੈਗਾ ਮਿੱਠੀ ਮੁਸਕਾਨ ਦਾ, ਇਹ ਜਾ ਰਿਹਾ ਜੀ ਮਨਪ੍ਰੀਤ ਕੌਰ ਨੂੰ, ਤੈਨੂੰ ਪੇਸ਼ ਕਰਨਗੇ। ਤੇ ਟਾਈਟਲ ਨੂੰ ਪ੍ਰੈਜੈਂਟ ਕਰਨ ਦੇ ਲਈ ਮੈਂ ਸੱਦਾ ਦੇਣਾ ਚਾਹੁੰਦੀ ਹਾਂ ਮਨੀਸ਼ ਪਾਲ ਨੂੰ। ਤਾਲੀਆਂ 'ਚ ਕਸਰ ਨਹੀਂ ਰਹਿਣੀ ਚਾਹੀਦੀ। ਚਲੋ ਜੀ ਹੁਣ ਅੱਗੇ ਵਾਰੀ ਹੈ ਮਿੱਠੀ ਬੋਲਣ ਮੁਟਿਆਰ ਦੀ ਤੇ ਇਹ ਹੋ ਜਾਂਦਾ ਹੈ ਟਾਈਟਲ ਰਾਜਵਿੰਦਰ ਕੌਰ ਨੂੰ ਤੇ ਜਪਜੀ ਖਹਿਰਾ ਨੂੰ ਮੈਂ ਸੱਦਾ ਦੇਣੀ ਹਾਂ ਸਟੇਜ ਤੇ। ਸੋ ਜਿਹੜਾ ਦਸਵਾਂ ਟਾਈਟਲ ਹੈ ਜੀ ਉਹ ਹੈਗਾ ਬਲੌਰੀ ਅੱਖ ਵਾਲਾ। ਹਾਏ ਓਏ ਰੱਬਾ, ਕਿਹਦੀ ਆ ਬਲੌਰੀ ਅੱਖ ਅੱਜ? ਇਹ ਬਲੌਰੀ ਅੱਖ ਦਾ ਟਾਈਟਲ ਜਾਂਦਾ ਜੀ ਮਨਦੀਪ ਕੌਰ ਨੂੰ। ਤੇ ਟਾਈਟਲ ਦੇਣ ਦੇ ਲਈ ਜਪਜੀ ਖਹਿਰਾ ਜੀ ਆਉਂਦੇ ਨੇ। ਤੇ ਹੁਣ ਆਖਰੀ ਜਿਹੜਾ ਅੱਜ ਦਾ ਟਾਈਟਲ ਹੈ ਉਹ ਹੈ ਜੀ
ਮਜਾਜਣ ਮੁਟਿਆਰ ਦਾ। ਇਹਦੇ ਲਈ ਮੈਂ ਸੱਦਾ ਦੇਣਾ ਚਾਹੁੰਦੀ ਹਾਂ ਸਤਿੰਦਰ ਸੱਤੀ ਜੀ ਨੂੰ, ਅਤੇ ਨਾਲ ਹੀ ਨਾਲ ਇਹ ਟਾਈਟਲ ਜਾਂਦਾ ਜੀ ਖੁਸ਼ਪ੍ਰੀਤ ਕੌਰ ਨੂੰ, ਜ਼ੋਰਦਾਰ ਤਾਲੀਆਂ। ਥੈਂਕ ਯੂ ਜੱਜਸ, ਥੈਂਕ ਯੂ ਜੱਜਸ, ਐਡ ਔਨ ਕਰ। ਆਲਰਾਈਟ, ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਜੀਆਂ ਲਈ। ਤੇ ਤਾੜੀਆਂ ਸਾਡੇ ਜੱਜਸ ਦੇ ਲਈ ਵੀ। ਸੋ ਮਚ ਫਾਰ ਜੁਆਇਨਿੰਗ ਅਸ, ਕਿਉਂਕਿ ਹੁਣ ਇਸ ਤੋਂ ਬਾਅਦ ਐਲੀਮੀਨੇਸ਼ਨ ਦਾ ਪਤਾ ਲੱਗੇਗਾ। ਐਂਡ ਥੈਂਕ ਯੂ ਸੋ ਮਚ ਜੱਜਸ, ਥੈਂਕ ਯੂ ਰੋਸ਼ਨ ਭਾਅ ਜੀ, ਪਲੀਜ਼ ਟੇਕ ਯੂਅਰ ਸੀਟਸ। ਤੇ ਹੁਣ ਅਸੀਂ ਅੱਗੇ ਵਧਾਈ, ਇੱਕ ਵਾਰ ਜ਼ੋਰਦਾਰ ਤਾੜੀਆਂ ਜੱਜਸ ਲਈ ਵੀ। ਥੈਂਕ ਯੂ ਜੱਜਸ। ਵੈਸੇ ਨਾ ਬਹੁਤ ਔਖਾ ਕੰਮ ਸੀਗਾ, ਮੇਰੀ ਤਾਂ ਜ਼ਬਾਨ ਹੀ ਅੱਜ ਹੁਣ ਉੱਪਰ ਨੀਚੇ ਹੋਣ ਲੱਗੀ, ਮੈਂ ਤਾਂ ਮੇਰੇ ਹੱਥ 'ਚ ਰਿਜ਼ਲਟ ਆ ਗਏ ਨੇ। ਮੈਨੂੰ ਦਿਲ 'ਚ ਇੱਕ ਗਾਣਾ ਆ ਰਿਹਾ ਕਿ ਥੱਕ ਥੱਕ ਕਰਨੇ ਲਗਾ, ਕਿੰਨਿਆਂ ਦਾ ਤਾਂ ਦਿਲ ਹੁਣ ਧੱਕ ਧੱਕ ਕਰਦਾ ਪਿਆ, ਹਾਏ ਕਿਸੇ ਦਾ ਨਹੀਂ ਕਰਦਾ ਪਿਆ, ਹੱਥ ਨਹੀਂ ਆਵਾਜ਼ ਕੱਢੋ ਹੁਣ। ਸੋ ਇੱਥੇ ਆਪਾਂ ਤੁਹਾਨੂੰ ਦੱਸ ਦਈਏ, ਜਿਹੜੀ ਐਲੀਮੀਨੇਸ਼ਨ ਹੋਣ ਵਾਲੀ ਹੈ, ਇੱਥੇ ਜਿਹੜੀ ਹੁਣ ਐਲੀਮੀਨੇਸ਼ਨ ਹੋਣ ਵਾਲੀ ਆ, ਉਹ ਹੋਣ ਵਾਲੀ ਆ 11 ਮੁਟਿਆਰਾਂ ਦੇ ਵਿੱਚੋਂ, ਉਹਨਾਂ ਖਾਸ 6 ਮੁਟਿਆਰ, ਵੈਸੇ ਪਹਿਲਾਂ 5 ਸੀਗੀਆਂ ਅਤੇ ਹੁਣ ਉਹ 6 ਮੁਟਿਆਰਾਂ ਨੇ ਜੋ ਅੱਗੇ ਜਾ ਰਹੀਆਂ ਨੇ, ਅਤੇ ਕੋਈ 5 ਮੁਟਿਆਰਾਂ ਨੇ ਜੋ ਅੱਜ ਇੱਥੋਂ ਘਰ ਵਾਪਸੀ ਕਰ ਰਹੀਆਂ ਨੇ। ਸੋ ਆਲ ਦ ਬੈਸਟ ਟੂ ਐਵਰੀ ਵਨ। ਅਤੇ ਆਪਾਂ ਹੁਣ ਜਿਹਨਾਂ ਵੀ ਮੁਟਿਆਰਾਂ ਦਾ ਨਾਮ ਲਾਂਗੇ, ਸੋਹਣੀਆਂ ਸੋਹਣੀਆਂ ਮੁਟਿਆਰਾਂ, ਉਹ ਦੋਸਤ ਨੇ ਪਲੀਜ਼ ਅੱਗੇ ਆ ਜਾਣ, ਅਤੇ ਬਾਕੀ ਸਾਰੀਆਂ ਮੁਟਿਆਰਾਂ ਜਿਹੜੀਆਂ ਨੇ ਉਹਨਾਂ ਨੂੰ ਮੇਰੇ ਵੱਲੋਂ ਪਹਿਲਾਂ ਹੀ ਬਹੁਤ ਸਾਰਾ ਪਿਆਰ, ਕਿਉਂਕਿ ਤੁਹਾਡੇ ਤੋਂ ਵੱਧ ਦਿਲ ਜਿਹੜਾ ਨਾ ਸਾਡਾ ਤੱਕ ਤੱਕ ਕਰਦਾ ਪਿਆ। ਸੋ ਸਭ ਤੋਂ ਪਹਿਲਾਂ ਜਿਹੜਾ ਨਾਮ ਹੈ, ਐਨੀ ਗੈਸਿਸ? ਐਗਜੈਕਟਲੀ, ਸਭ ਤੋਂ ਪਹਿਲਾ ਨਾਮ ਹੈ ਕੈਨੇਡਾ ਦੀ ਕੁੜੀ ਸਿਮਰਨਜੀਤ ਕੌਰ ਦਾ, ਜ਼ੋਰਦਾਰ ਤਾਲੀਆਂ। ਓਕੇ, ਤੇ ਸੈਕਿੰਡ ਜਿਹੜੀ ਦੂਸਰੀ ਫਾਈਨਲਿਸਟ ਹੈਗੀ ਆ, ਜਿਹੜੀ ਇਸ ਮੁਕਾਬਲੇ 'ਚ ਅੱਗੇ ਜਾ ਰਹੀ ਹੈ, ਉਹ ਹੈਗੀ ਆ ਮਲੇਰਕੋਟਲਾ ਦੀ ਖੁਸ਼ਪ੍ਰੀਤ ਕੌਰ। ਕਿਆ ਬਾਤ ਹੈ, ਅਗਲਾ ਤੇ ਤੀਜਾ ਜਿਹੜਾ ਹੁਣ ਸੋਹਣੀ ਮੁਟਿਆਰ ਅੱਗੇ ਜਾਣ ਵਾਲੀ ਹੈ, ਮਾਝੇ ਦੀ ਜੱਟੀ ਹੁਸਨਦੀਪ ਕੌਰ, ਜ਼ੋਰਦਾਰ ਤਾਲੀਆਂ। ਐਂਡ ਦ ਨੈਕਸਟ ਇਜ਼ ਦਿਲਵਾਲੋਂ ਕੀ ਦਿੱਲੀ ਸੇ ਮਨਪ੍ਰੀਤ ਕੌਰ। ਹੁਣ ਸਿਰਫ 2 ਮੁਟਿਆਰਾਂ ਅੱਗੇ ਜਾਣਗੀਆਂ, ਵਾਕਈ ਬਹੁਤ ਜ਼ਿਆਦਾ ਇਹ ਆਵਾਜ਼ ਜਿਹੜੀ ਹੈ ਨਾ, ਅਸਲ ਦੀ ਦਿਲ ਦੀ ਆਵਾਜ਼ ਹੀ ਆ, ਧੱਕ ਧੱਕ ਇੱਦਾਂ ਹੀ ਹੋ ਰਹੀ ਆ। ਅਗਲੀ ਅਤੇ 5ਵੀਂ ਜਿਹੜੀ ਮੁਟਿਆਰ ਹੈ ਜੋ ਅਗਲੇ ਰਾਊਂਡ ਦੇ ਵਿੱਚ ਜਾਏਗੀ, ਉਹ ਹੈ ਜਸ਼ਨਜੋਤ ਕੌਰ ਪਟਿਆਲੇ ਤੋਂ, ਜ਼ੋਰਦਾਰ ਤਾਲੀਆਂ। Now this is going to be a very tough thing, especially for ਜਿਹੜੀਆਂ ਕੁੜੀਆਂ ਪਿੱਛੇ ਖੜੀਆਂ ਨੇ, ਉਹ ਸਾਰਿਆਂ ਦੇ ਲਈ ਨੋ ਡਾਊਟ ਟਫ ਹੋਏਗਾ। ਬਟ ਮੈਂ ਜਿੱਦਾਂ ਕਿ ਪ੍ਰਿਤਪਾਲ ਨੇ ਵੀ ਗੱਲ ਕਹੀ ਹੈ ਕਿ ਹੌਸਲਾ ਨਹੀਂ ਛੱਡਣਾ ਹੈਗਾ, ਇੱਥੇ ਤੱਕ ਤੁਸੀਂ ਆਈਆਂ ਹੋਏ, ਇਹ ਬਹੁਤ ਵੱਡੀ ਗੱਲ ਹੈ ਜੀ ਆਪਣੇ ਆਪ ਵਿੱਚ। ਬਟ ਅਨਫੋਰਚੁਨੇਟਲੀ ਸਾਨੂੰ ਸਿਰਫ ਇੱਕੋ ਇੱਦਾਂ ਦਾ ਨਾਮ ਲੈਣਾ ਪੈਣਾ ਹੁਣ, ਜਿਹੜਾ ਇਹਨਾਂ 4 ਕੁੜੀਆਂ ਦੇ ਨਾਲ, 5 ਕੁੜੀਆਂ ਦੇ ਨਾਲ ਅੱਗੇ ਜਾਏਗਾ ਜੀ। ਐਂਡ ਦ ਲਾਸਟ ਫਾਈਨਲਿਸਟ ਜਿਹੜੀ ਕਿ ਲਾਸਟ ਰਾਊਂਡ ਵਿੱਚ ਪਹੁੰਚ ਰਹੀ ਹੈ, ਸ਼ੀ ਇਜ਼ ਮਲੇਰਕੋਟਲਾ ਤੋਂ ਅਰਪਨਾ ਸ਼ਰਮਾ। ਬਹੁਤ ਬਹੁਤ ਮੁਬਾਰਕਾਂ। ਅਤੇ ਬਾਕੀ ਜਿਹੜੀਆਂ ਫਾਈਨਲਿਸਟ ਹੈਗੀਆਂ ਨੇ, ਇਹਨਾਂ ਨੂੰ ਆਪਾਂ ਇਹੀ ਕਹਾਂਗੇ ਕਿ ਬੈਟਰ ਲੱਕ ਨੈਕਸਟ ਟਾਈਮ। ਇੱਕ ਵਾਰ ਜਿਹੜੀਆਂ 5 ਕੁੜੀਆਂ ਰਹਿ ਗਈਆਂ ਉਹਨਾਂ ਲਈ ਵੀ ਤਾੜੀਆਂ ਹੋ ਜਾਣ ਜੀ, ਪਲੀਜ਼। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਥੈਂਕ ਯੂ ਸੋ ਮੱਚ। ਸੋ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਤੁਹਾਡਾ ਹੋਵੇ, ਮਿਹਨਤਾਂ ਨਹੀਂ ਛੱਡਣੀਆਂ ਜੀ ਬਸ। ਤੇ ਇਹਨਾਂ 6 ਮੁਟਿਆਰਾਂ ਲਈ ਜ਼ੋਰਦਾਰ ਤਾੜੀਆਂ ਐਂਡ ਕੰਗ੍ਰੈਚੁਲੇਸ਼ਨ। ਤੇ ਹੁਣ ਐਲੀਮੀਨੇਸ਼ਨ ਵੀ ਹੋ ਚੁੱਕੀ ਹੈ ਗੁਰਜੀਤ, ਹੁਣ ਅਸਲ ਜਿਹੜਾ
तय करेगा ना आप उस मुकाम ते आ गए जो असल तय करेगा कि अज कौन सोनी मुटियार हो सकती है। एग्जैक्टली तो प्रितपाल इतने एक बड़ी इंपॉर्टेंट चीज़ है जिदा कि छे मुटियारा इतने तक पहुंचिया बड़ी मेहनत करके पहुंचिया पिछले ढाई महीनों तो इन्हों की जी अणथक मेहनत है अज जो रंग लैके आएगी इस ग्रैंड फिनाले दे लास्ट ते फाइनल राउंड विच। वैल जिदा कि इन्हों की अणथक मेहनत ने इन्हों नू अंदरों बहुत ज़्यादा स्ट्रोंग बनाया जी उदा ही स्ट्रोंग बनाता है कोलगेट स्ट्रोंग टीथ तुहाडे दंदा नू अंदरों दी एक बार जोरदार ताड़ियां जी। ते वैसे मैं सच्ची गल दसां अंदरों कोई अज मैं स्ट्रोंग नहीं हाँ उन्हों की थान ना खड़ के इतने खड़ना भी बहुत डर वाली गल है तो मैं लगता है कि बड़ी मेहनत वाली गल है। सो जजिस लई भी एक बार जोरदार तालियां क्योंकि हुण अगला जिन्ना भी समा आ ਉਹ ਜੱਜਸ ਦਾ ਹੀ ਆ ਅਤੇ ਸਾਡੇ ਕੰਟੈਸਟੈਂਟ ਦਾ ਹੀ ਆ। ਕਹਿੰਦੇ ਨੇ ਪੈਰ ਜ਼ਮੀਨ ਪਰ ਔਰ ਇਰਾਦੇ ਆਸਮਾਨ ਪਰ ਔਰ ਲਕਸ਼ ਸਿਰਫ ਜੀਤ ਔਰ ਜੀਤ ਮੰਚ ਤੁਹਾਡਾ ਔਰ ਇੱਕ ਇੱਕ ਕਰਕੇ ਸਾਡੇ ਜੱਜ ਸਾਹਿਬਾਨ ਜਿਹੜੇ ਨੇ ਸਾਰੀਆਂ ਮੁਟਿਆਰਾਂ ਕੋਲੋਂ ਸਵਾਲ ਕਰਨਗੇ। ਸਵਾਲ ਹਰ ਜੱਜ ਜਿਹੜਾ ਹੈ ਉਹ ਦੋ ਸਵਾਲ ਕਰਨਗੇ। ਇੱਕ ਸਵਾਲ ਦਾ ਜਵਾਬ ਜਿਹੜਾ ਆ ਉਹ ਵਨ ਵਰਡ ਆਨਸਰ ਹੋਏਗਾ ਅਤੇ ਦੂਸਰਾ ਜਿਹੜਾ ਸਵਾਲ ਹੋਏਗਾ ਉਸਨੂੰ ਐਕਸਪਲੇਨ ਕਰਨਾ ਹੋਏਗਾ, ਐਕਸਪਲੇਨੇਟਰੀ ਕੁਐਸਚਨ ਹੋਊਗਾ। ਸੋ ਮੈਂ ਸ਼ੁਰੂ ਕਰਨਾ ਚਾਹੁੰਦੀ ਹਾਂ ਆਲ ਸੈਟ ਇੱਕ ਵਾਰ ਜ਼ੋਰਦਾਰ ਤਾਲੀਆਂ ਇਹਨਾਂ ਸਾਰਿਆਂ ਦੇ ਲਈ ਅਤੇ ਤੁਹਾਡੇ ਸਾਰਿਆਂ ਦੇ ਲਈ ਵੀ। ਅਤੇ ਅਸੀਂ ਇੱਕ ਇੱਕ ਕਰਕੇ ਜੱਜਿਸ ਵਿੱਚੋਂ ਨਾਮ ਲਵਾਂਗੇ ਅਤੇ ਉਹ ਜੱਜਿਸ ਜਿੱਦਾਂ ਕਿ ਫਸਟ ਜਿਹੜੀ ਮੁਟਿਆਰ ਹੋਏਗੀ ਉਸ ਤੋਂ ਦੋ ਸਵਾਲ ਪੁੱਛਣਗੇ ਜੀ। ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਪ੍ਰਿਤਪਾਲ ਨੇ ਕਿ ਦੋ ਸਵਾਲਾਂ ਵਿੱਚੋਂ ਇੱਕ ਦਾ ਜਵਾਬ ਇੱਕ ਵਰਡ 'ਚ ਦੇਣਾ ਤੁਸੀਂ ਅਤੇ ਜਿਹੜਾ ਇੱਕ ਹੋਏਗਾ ਦੂਸਰਾ ਆਂਸਰ ਹੋਏਗਾ ਉਹਨੂੰ ਬਰੀਫ ਕਰਕੇ ਦੱਸਣਾ ਜੀ। ਸੋ ਗੁੱਡ ਲੱਕ। ਪਹਿਲਾਂ ਅਸੀਂ ਰਿਕੁਐਸਟ ਕਰਾਂਗੇ ਸਤੀ ਜੀ ਨੂੰ ਕਿ ਸਤੀ ਜੀ ਤੁਸੀਂ ਕਿਹਨਾਂ ਤੋਂ ਪਹਿਲਾਂ ਸ਼ੁਰੂਆਤ ਕਰਨੀ ਚਾਹੋਗੇ, ਕਿਹਨਾਂ ਤੋਂ ਦੋ ਸਵਾਲ ਪੁੱਛਣੇ ਚਾਹੋਗੇ? ਕਿਹਦੇ ਤੋਂ ਪੁੱਛਾਂ? ਹੱਥ ਖੜਾ ਕਰੋ। ਹਾਊ ਗੁੱਡ, ਦੈਟਸ ਸੋ ਨਾਈਸ। ਖੁਸ਼ਪ੍ਰੀਤ ਤੋਂ। ਖੁਸ਼ਪ੍ਰੀਤ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ, ਤੁਹਾਨੂੰ ਪਤਾ ਵੀ ਤੁਸੀਂ ਇਹ ਸਾਰੀਆਂ ਬਹੁਤ ਸੋਹਣੀਆਂ ਲੱਗ ਰਹੀਆਂ, ਪਤਾ ਹੈ ਨਾ? ਖੂਬਸੂਰਤੀ ਨੂੰ ਹਾਂ ਕਹੋ, ਇਹਨਾਂ ਨੂੰ ਦੱਸਣ ਦੀ ਲੋੜ ਨਹੀਂ। ਪ੍ਰਿਤਪਾਲ ਬਹੁਤ ਟ੍ਰੇਨਡ ਹੋ ਕੇ ਆਈਆਂ ਢਾਈ ਮਹੀਨੇ ਇਹਨਾਂ 'ਤੇ। ਤੁਸੀਂ ਥੋੜ੍ਹਾ ਸ਼ਾਂਤ ਰਹੋ, ਇਹਨਾਂ ਨੂੰ ਮੌਕਾ ਦੇ ਦਈਏ ਕਿਉਂਕਿ ਇਹਨਾਂ ਦੀ ਹੁਣ ਇਸ ਟਾਈਮ ਜ਼ਿੰਦਗੀ ਦਾ ਸਵਾਲ ਹੈ। ਐਂਡ ਬੁਰਾ ਰਿਲੈਕਸ ਹੋ ਕੇ ਮੈਂ ਪਹਿਲਾਂ ਵੀ ਅੱਗੇ ਦੱਸਿਆ ਕਿ ਬਿਲਕੁਲ ਹੁਣ ਤੁਹਾਡਾ ਮੁਕਾਬਲਾ ਜਿਹੜਾ ਹੈ ਉਹ ਤੁਹਾਡੇ ਜਿੰਨੇ ਤੁਸੀਂ ਖੂਬਸੂਰਤ ਲੱਗਣਾ ਸੀ ਉਹ ਲੱਗ ਰਹੇ ਹੋ, ਪਰ ਹੁਣ ਤੁਹਾਡਾ ਜ਼ਿਹਨ ਕਿੰਨਾ ਖੂਬਸੂਰਤ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਇੱਕ ਸੁਰ ਹੋ ਕੇ ਦਿਮਾਗ ਸਰੀਰ ਰੂਹ ਬਿਲਕੁਲ ਐਟਿਊਨ ਕਰਕੇ ਜਵਾਬ ਦੇਣਾ ਕਿਉਂਕਿ ਇਹ ਜਵਾਬ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਅਤੇ ਤੁਹਾਡੇ ਸੁਪਨੇ ਤੋੜ ਸਕਦਾ। ਆਲ ਦਾ ਵੈਰੀ ਬੈਸਟ। ਖੁਸ਼ਪ੍ਰੀਤ, ਤੁਹਾਨੂੰ ਪਤਾ ਨਾ ਵੀ ਕੁੜੀਆਂ ਅੱਜ ਕੱਲ੍ਹ ਬਹੁਤ ਸਰਪੰਚ ਬਣਦੀਆਂ ਨੇ, ਪਤਾ ਨਾ? ਹਾਂਜੀ। ਉਹਦੇ ਵਿੱਚੋਂ ਅਗਰ ਤੁਹਾਨੂੰ ਮੌਕਾ ਮਿਲਦਾ ਹੈ ਕਿ ਤੁਸੀਂ ਸਰਪੰਚ ਬਣਦੇ ਹੋ ਔਰ ਤੁਸੀਂ ਵਿਕਾਸ ਦੇ ਕੰਮਾਂ ਦੇ ਨਾਲ ਨਾਲ ਪਿੰਡ ਦੇ ਵਿੱਚ ਕੋਈ ਦੋ ਇਹੋ ਜਿਹੇ ਕੰਮ ਕਰਨਾ ਚਾਹੁੰਦੇ ਹੋ ਜਿਸ ਦੇ ਨਾਲ ਲੱਗਦਾ ਤੁਹਾਨੂੰ ਕਿ ਮੇਰੇ ਪਿੰਡ ਦੀ ਵਿੱਚ ਕੰਟਰੀਬਿਊਟ ਹੋਏਗਾ ਜਾਂ ਫਿਰ ਮਤਲਬ ਕੋਈ ਇਹੋ ਜਿਹੀ ਸਹੂਲੀਅਤ ਮੇਰੇ ਪਿੰਡ ਵਾਲਿਆਂ ਨੂੰ ਮਿਲੇਗੀ, ਚਾਹੇ ਉਹਦੇ ਲਈ ਤੁਹਾਨੂੰ ਸਰਕਾਰ ਦੇ ਨਾਲ ਹੀ ਗੱਲ ਕਿਉਂ ਨਹੀਂ ਕਰਨੀ ਪੈਂਦੀ, ਉਹ ਕਿਹੜੀਆਂ ਦੋ ਗੱਲਾਂ ਹੋਣਗੀਆਂ? ਸਭ ਤੋਂ ਪਹਿਲਾਂ ਤਾਂ ਅਮੀਰ ਵਿਰਸੇ ਦੇ ਵਾਰਸਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੰਨਾ ਠਾਠਾ ਮਾਰਦਾ ਇਕੱਠ ਦੇਖ ਕੇ ਦਿਲ ਖੁਸ਼ ਹੋ ਗਿਆ ਕਿ ਇਹ ਸਟਾਰ ਡਸਟ ਅਵਾਰਡ ਨਹੀਂ, ਇਹ ਪੰਜਾਬੀਆਂ ਦਾ ਕੋਈ ਸ਼ੋਅ ਹੈ ਜਿੱਥੇ ਵੀ ਇੰਨਾ ਇਕੱਠ ਹੈ। ਬਹੁਤ ਖੁਸ਼ੀ ਹੋਈ ਦੇਖ ਕੇ ਸਭ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ ਮੈਮ ਫੋਰ ਦਾ ਕੁਐਸਚਨ। ਮੈਮ ਜੇ ਮੈਨੂੰ ਮੌਕਾ ਮਿਲੂ ਸਰਪੰਚ ਬਣਨ ਦਾ, ਸਭ ਤੋਂ ਪਹਿਲਾਂ ਤਾਂ ਮੈਂ ਚਾਹੂੰਗੀ, ਇੱਕ ਨਾ ਜਿਹੜੀ ਪ੍ਰੋਬਲਮ ਆ ਰਹੀ ਆ ਅੱਜ ਕੱਲ੍ਹ ਜ਼ਿਆਦਾ ਉਹ ਇਹ ਹੈ ਕਿ ਲੋਕ ਕਲਚਰ ਨੂੰ ਬਹੁਤ ਭੁੱਲ ਰਹੇ ਆ। ਆਪਾਂ ਦੇਖਦੇ ਹਾਂ ਸਕੂਲ 'ਚ ਟੀਚਰ ਕਹਿੰਦੇ ਨੇ ਕਿ ਨਹੀਂ ਜੀ ਪੰਜਾਬੀ ਦਾ ਇੰਗਲਿਸ਼ ਦਾ ਪੀਰੀਅਡ ਹੈ, ਇੰਗਲਿਸ਼ ਹੀ ਬੋਲਣੀ ਆ, ਨਹੀਂ ਨਹੀਂ ਮੈਮ ਇਹਨਾਂ ਨੂੰ ਟੋਕੋ ਕਿ ਪੰਜਾਬੀ 'ਚ ਗੱਲ ਨਹੀਂ ਕਰਨੀ। ਅਤੇ ਉਹੀ ਸਕੂਲਾਂ 'ਚ ਫਿਰ 26 ਜਨਵਰੀ ਨੂੰ ਨਾ ਜਦੋਂ ਫੰਕਸ਼ਨ ਹੁੰਦੇ ਨੇ ਅਤੇ ਚਰਖੇ ਪੀੜ੍ਹੀਆਂ ਪਰਾਂਦੀਆਂ ਫੰਕਸ਼ਨ ਦਾ ਸ਼ਿੰਗਾਰ ਬਣਦੀਆਂ ਨੇ, ਤਾਂ ਮੈਂ ਚਾਹੂੰਗੀ ਵੀ ਜਿੱਥੇ ਵੀ ਸਕੂਲ ਹੋਵੇ ਜਾਂ ਪਿੰਡ 'ਚ ਜਾਂ ਸ਼ਹਿਰ 'ਚ, ਮੈਂ ਚਾਹੂੰਗੀ ਇੱਕ ਵਿਸ਼ਾ ਜ਼ਰੂਰ ਇਹੋ ਜਿਹਾ ਹੋਵੇ ਜਿਹੜਾ ਸੱਭਿਆਚਾਰਕ ਹੋਵੇ। ਸਾਡੇ ਐਜੂਕੇਸ਼ਨ ਮਿਨਿਸਟਰ ਨੇ ਜਿਹੜੇ, ਮੈਂ ਉਹਨਾਂ ਨੂੰ, ਜੇ ਮੈਨੂੰ ਬੰਦੇ ਨੂੰ ਹਰੇਕ ਕੁਛ ਕਰਨ ਲਈ ਇੱਕ ਅਹੁਦਾ ਚਾਹੀਦਾ, ਜੇ ਮੈਨੂੰ ਕਦੇ ਵੀ ਕੋਈ ਮੌਕਾ ਮਿਲਦਾ ਮੈਂ ਜ਼ਰੂਰ ਇਹ ਗੱਲ ਕਰੂੰਗੀ ਕਿ ਇੱਕ ਵਿਸ਼ਾ ਜਿਹੜਾ ਉਹ ਸੱਭਿਆਚਾਰ ਰਿਲੇਟਡ ਜ਼ਰੂਰ ਹੋਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਸੱਭਿਆਚਾਰ ਹੈ ਕੀ ਅਤੇ ਕਿੱਦਾਂ ਸਾਂਭਣਾ। ਅਤੇ ਦੂਜੀ ਗੱਲ ਮੈਮ, ਜਿੱਦਾਂ ਕਈ ਕੁੜੀਆਂ ਹੁੰਦੀਆਂ ਕਿ ਨਹੀਂ, ਜਿੱਦਾਂ ਗਰੀਬ ਘਰੋਂ ਜਾਂ ਗਰੀਬ ਪਰਿਵਾਰਾਂ 'ਚੋਂ ਆਉਂਦੀਆਂ ਨੇ ਬੇਟੀਆਂ ਜਿਹੜੀਆਂ ਵੀ, ਤਾਂ ਉਹਨਾਂ ਨੂੰ ਮੌਕਾ ਨਹੀਂ ਮਿਲਦਾ ਬਾਹਰ ਪੜ੍ਹਨ ਦਾ, ਤਾਂ ਕਈ ਵਾਰੀ ਨਹੀਂ ਹੁੰਦਾ ਕਿਸਮਤ 'ਚ, ਕਹਿੰਦੇ ਨੇ ਵੀ ਵਿੱਦਿਆ ਤੀਜਾ ਨੇਤਰ ਹੈ, ਨਹੀਂ ਲਿਖਿਆ ਹੁੰਦਾ ਕਿਸਮਤ 'ਚ ਜੋ ਮਾਲਕ ਨੇ ਲਿਖਿਆ, ਠੀਕ ਹੈ ਨਹੀਂ ਮਿਲਦਾ, ਪਰ ਉਹਨਾਂ 'ਚ ਕਲਾ ਬਹੁਤ ਹੁੰਦੀ ਹੈ। ਮੈਂ ਹੁਣੇ ਪਿਛਲੇ ਰਾਊਂਡ 'ਚ ਜਿਹੜਾ ਸੂਟ ਪਾਇਆ ਸੀ ਨਾ, ਉਹ ਸੂਟ ਮੇਰੇ ਪਿੰਡ ਦੀ ਕਿਸੇ ਕੁੜੀ ਨੇ ਆਪਣੇ ਹੱਥੀਂ ਮਸ਼ੀਨ ਨਾਲ ਘਰੋਂ ਕੱਢਿਆ,
अपने घर उन्हें सूट कढ़िया सी ते मैं कोशिश करूँगी भी यह जो निके निके काम ने जो उन्होंने दिते जा सकन तो रोजी रोटी कमा सकदियां ने अगे वधिया करे व्याहियां जा सकदियां ने ताने मेहनत नहीं वजेंगे बहुत चंगी गल है खुशबीत क्योंकि जे तुसी इस सोच दे नाल जाओगे ना कहते मन लै गल तू साडी भी लख चिताया कर अड़िए पर कदे कदे पंजाब ने चरखा भी डाया कर अड़िए क्या बात है जी कोई कुर्ती सोहने सतरंग की घगरे नाल पाया कर अड़िए पर कदे कदे पंजाब ने चरखा भी डाया कर अड़िए जे तुहाडे वर्गियां वैसे तो इन्नी सोहनी सरपंच होएगी तो लोगों ने वैसे जिता देनी उत्तों एक काम जड़ा है क्योंकि जड़िया कौमा जड़े जड़ी पीढ़ी जड़ी अपने विरसे नू याद रखती है वो कौमा हमेशा जीवंदियां रहिंदियां ने सो शाबाश है इस गल लई थैंक यू दूसरा सवाल थोड़ा ये है कि शिव कुमार बटालवी किस शहर नाल संबंधित सन मैम शिव कुमार बटालवी जी ने जो मैं बहुत वड्डी फैन हाँ उन्हां दी ओ बटाले शहर नू थोड़े शहर नू बिलोंग करदे ने बस ये तू कह के ना तुहाडे शहर नू ते नंबर वधा ले अपने धन्यवाद बहुत पसंद ने मैनू शिव कुमार बटालवी जी जिहड़ा ओ एक रहस्या सी ना उन्हां दे अंदर की दसदे नहीं सी खुल के चीज़ कवितावां ओह जिहियां लिखणियां कि मैं मतलब उन्हां नू कहा जांदा कि मतलब विरों दे बादशाह सी ओ कवितावां ओह जिहियां लिखणियां ते जदों इंटरव्यू करना उन्होंने कहना नहीं मेरी जिंदगी च कोई गम ही नहीं तो वह चीज़ा बहुत मतलब मैनू मोहदियां ने मैं शिव कुमार बटालवी जी की परसनली बहुत वड्डी फैन हाँ थैंक यू वेरी मच थैंक यू खुशप्रीत All the very best. Thank you, ma'am. Thank you, Satinder Sethi ji. Te sare agle sawal kaun kar rahe hai? Dasso ji. Ji haan, agla sawal sare judge kar rahe hai ji. Jab ji khaira ji. Kina to tusi sawal puchna chahoge? Sab to pehla te Sat Sri Akaal. Sat Sri Akaal, ma'am. Smile dekhe. Come on. Sat Sri Akaal, ma'am. Haan. मेरा सवाल है मैं नंबर बोला या नाम बोला नंबर बोल सकते नंबर बोल सकती हाँ नंबर इसलिए लाए अपा मेरा सवाल है नंबर पांच ली सत श्री अकाल मैम मैम सवाल तो पहला मैं कुछ लाइना बोलना चाहूँगी असी धीआं सोने पंजाब दियाँ साडी रूह विच वसे पंजाब असी लाज शर्म दे पाइए गहना करिए सारिया का सत्कार असी विच तरिंजना नचदियाँ तियां नू लाइए भाग सानू रब ने बख्शियां खुशियां बथेरियां असी नच नच करिए इजहार असी नच नच करिए इजहार इत्थे बेटे सारिया नू मेरे वलों प्यार भरी सत श्री अकाल मैम तुहानू भी ते मेरे घरदियां नू भी सत श्री अकाल ते हाँ जी मैम हाँ जी मेरा सवाल है पंजाब दी कोयल कौन है मैम पंजाब दी कोयल सुरिंदर कौर जी नू कहा जांदा जिहड़े बहुत वधिया गांदे सी ते गांदे है मतलब बहुत मैनू बहुत उन्हां दे गाने बहुत पसंद है थैंक यू मेरा दूसरा क्वेश्चन पंजाब दा जिहड़ा फोक है लोक गायकी लोक गीत ये सब अलोप हुंदा जा रहा हाँ जी और आप ये विटनेस कर रहे हैं दिन ब दिन है ना अगर तुसी जित जांदे हो ते थोड़ी की कॉन्ट्रीब्यूशन होएगी इस जो चीज़ अलोप होंगी जा रही उन्हें वापस लैके आन की मैम पहला तो रब थोड़ी जबान भाग लावे तो मैम जे मैं जित जाती हाँ तो मेरी ये कॉन्ट्रीब्यूशन होएगी क्योंकि मैम जिहड़ा फोक है बंदे दी परसनैलिटी तो झलकदा है बंदा बोलदा है उन्हें पता लग जांदा है कल्ला ये नहीं असी कह सकते भी बंदा कपड़िया तो फोक नू झलका सकता है बंदा नच के फोक नू झलका सकता है बंदे दी पूरी ओवरऑल जिहड़ी परसनैलिटी आ उहदे तो फोक पूरा झलकदा है तो जे मैं जितती हाँ मेरा ये कॉन्ट्रीब्यूशन रहेगा कि मैं एक सब तो पहला तो मैं मोटिवेशनल स्पीकर बनना चाहती हाँ तो मैं पूरी कोशिश करूँगी कि लोगों नाल जुड़ सकाँ तो अपनी जिंदगी दे राही जो जो भी मैं सीखिया जो भी मैं एक्सपीरियंस किया उन्होंने होर ज़्यादा मोटिवेट करा तो एक मोटिवेटर स्पीकर बन के उन्होंने फोक राही अट्रैक्ट कर सका कि इदा नहीं है वैसे मैम एक मैं गल कहना चाहूँगी जिदा आप कहने भी ये चीज़ अलोप होंगी जा रही है बट मैम इदा बिल्कुल नहीं हैगा जे ये चीज़ अलोप होंगी जे फोक साढ़े दिल च नहीं होंगे आप सारे इतने नहीं होना सी ते बाकी सारे ने इतने नहीं होना सी एक एक गल होंगी साढ़े मन च
कि यह है भी जिहड़ी चीज़ असी दिल च बसा लैंदे आ असी उहदे च गौर करदे आ। पंजाब च होर बहुत सोहनी सोहनी चीज़ है, पंजाब अपने आप च ही बहुत सोहना है। बिल्कुल सही कहा, मेरा परसनली भी यह मनना कि अलोप नहीं हो रहा क्योंकि अपनी रूह च वसदा। हाँ जी, सो जिहड़ी चीज़ रूह च वसदी उहनूं आपां सेपरेट कर ही नहीं सकदे। सो थैंक यू सो मच, गॉड ब्लेस। थैंक यू जपजी जी। तो साढ़े अगले जज ने मनीष पॉल जी, तुम कितों सवाल करना चाहोगे? ਤੁਹਾਨੂੰ ਕਰਨਾ ਪਹਿਲਾਂ? ਮੈਨੂੰ ਰਹਿਣ ਦਿਓ, ਮੈਨੂੰ ਪਹਿਲਾਂ ਕਹਿ ਤਾ ਚੁੱਪ ਰਹੋ ਅੱਜ, ਮੈਂ ਤਾਂ ਹੱਥ ਜੋੜੇ ਅੱਗੇ ਕਰੋ। ਨਹੀਂ ਨਹੀਂ, ਮੈਂ ਕਿਹਾ ਤੁਸੀਂ ਚੁੱਪ ਹੋ ਗਏ ਤੇ ਸ਼ੋਅ ਕਿਨੇ ਰਨ ਕਰਨਾ ਯਾਰ। ਪਹਿਲਾਂ ਤੇ ਯਾਰ ਦੋਨਾਂ ਵਾਸਤੇ ਜ਼ੋਰਦਾਰ ਤਾਲੀਆਂ ਹੋ ਜਾਣ, ਬਹੁਤ ਕਮਾਲ ਦੀ ਹੋਸਟਿੰਗ ਕੀਤੀ ਹੈ ਤੁਸੀਂ ਦੋਨਾਂ ਨੇ, ਥੈਂਕ ਯੂ ਸੋ ਮਚ ਸਾਨੂੰ ਐਂਟਰਟੇਨ ਕਰਨ ਲਈ। ਤੇ ਨਾਲੇ ਹੁਣ ਮੈਂ ਸਵਾਲ ਜਿਹੜਾ ਮੈਂ ਪੁੱਛਾਂਗਾ ਹੁਸਨਦੀਪ ਕੌਰ। ਸਤਿ ਸ਼੍ਰੀ ਅਕਾਲ ਜੀ, ਤੈਨੂੰ ਬੜਾ ਮਜ਼ਾ ਆਇਆ ਭਾਈ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਅੱਛਾ, ਤੁਸੀਂ ਸੋਸ਼ਲ ਮੀਡੀਆ ਤੇ ਸੈਵੀ ਹੈਗੇ ਹੋ, ਇੰਸਟਾਗ੍ਰਾਮ, ਫੇਸਬੁੱਕ? ਹਾਂਜੀ ਹਾਂਜੀ ਸਰ, ਇੰਸਟਾਗ੍ਰਾਮ ਹੈਗੇ ਹੋ ਕੀ? ਮੇਰਾ ਮਨ ਮੇਰਾ ਇੱਕ ਸਵਾਲ ਹੈਗਾ, ਮੈਨੂੰ ਲੱਗਦਾ ਕਿ ਜਦ ਦਾ ਇਹ ਸੋਸ਼ਲ ਮੀਡੀਆ ਜ਼ਿਆਦਾ ਵੱਧ ਗਿਆ ਨਾ, ਇਹ ਲੋਕ ਇੱਕ ਦੂਜੇ ਤੋਂ ਦੂਰ ਹੋ ਗਏ ਨੇ, ਰਿਸ਼ਤਿਆਂ ਦੀ ਜਿਹੜੀ ਅਹਿਮੀਅਤ ਹੈਗੀ ਹੈ ਉਹ ਘੱਟ ਗਈ ਹੈ, ਤੁਹਾਨੂੰ ਲੱਗਦਾ ਹਾਂ ਜਾਂ ਨਾ? ਹਾਂਜੀ ਸਰ। ਹਾਂਜੀ, ਅਤੇ ਕਿਉਂ ਜੀ? ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਐਂਡ ਜਿਹੜੇ ਟੀ ਵੀ 'ਤੇ ਦਰਸ਼ਕ ਦੇਖ ਰਿਹਾ ਉਹਨਾਂ ਨੂੰ ਵੀ, ਐਂਡ ਸਤਿ ਸ਼੍ਰੀ ਅਕਾਲ ਜੱਜਿਸ। ਮੇਰਾ ਮੰਨਣਾ ਸਰ ਹੈ ਕਿ ਸੋਸ਼ਲ ਮੀਡੀਆ ਜਦੋਂ ਦਾ, ਮਤਲਬ ਇੰਸਟਾਗ੍ਰਾਮ ਜਾਂ ਫਿਰ ਫੇਸਬੁੱਕ ਜਦੋਂ ਦੇ ਯੂਜ਼ ਕਰ ਰਹੇ ਨੇ, ਕਾਫੀ ਹੈ, ਕਾਫੀ ਲੋਕ ਨੇ, ਕਾਫੀ ਰਿਸ਼ਤੇਦਾਰ ਨੇ ਜੋ ਇੱਕ ਦੂਜੇ ਤੋਂ ਦੂਰ ਹੁੰਦੇ ਜਾ ਰਹੇ ਹੈ। ਪਹਿਲਾਂ ਆਪਣੇ ਕੋਲ ਮੋਬਾਈਲਸ ਨਹੀਂ ਹੁੰਦੇ ਸੀ, ਮੋਬਾਈਲਸ ਤੋਂ ਬਿਨਾਂ ਕਾਫੀ ਵਧੀਆ ਪਰਿਵਾਰ ਰਹਿੰਦਾ ਸੀਗਾ, ਨਿਊਕਲੀਅਰ ਫੈਮਲੀ ਨਹੀਂ ਹੁੰਦੀ ਸੀ ਉਦੋਂ, ਜੁਆਇੰਟ ਫੈਮਲੀ ਹੁੰਦੀ ਸੀ, ਔਰ ਉਹਨਾਂ ਨੂੰ ਪਤਾ ਸੀ ਕਿ ਆਪਾਂ ਕਿੱਦਾਂ ਰਹਿਣਾ ਇੱਕ ਦੂਜੇ ਨਾਲ, ਔਰ ਬਿਨਾਂ ਮੋਬਾਈਲਸ ਯੂਜ਼ ਕੀਤੇ। ਅੱਜ ਕੱਲ੍ਹ ਸਾਰੇ ਬੱਚੇ ਟਾਈਮ ਮੋਬਾਈਲ 'ਚ ਯੂਜ਼ ਕਰਦੇ ਆ, ਸਾਰਾ ਟਾਈਮ ਵੇਸਟ ਕਰਦੇ ਆ ਮੋਬਾਈਲ 'ਚ। ਮੈਂ ਨਹੀਂ ਕਹਿਣਾ ਚਾਹੀ ਕਿ ਮੈਂ ਨਹੀਂ ਕਰਦੀ, ਯੂਜ਼ ਕਰਦੀ ਹਾਂ ਮੈਂ, ਬਟ ਲਿਮਿਟ ਹੁੰਦੀ ਆ ਇੱਕ ਸਰ ਯੂਜ਼ ਕਰਨ ਦੀ ਵੀ, ਔਰ ਸੋਸ਼ਲ ਮੀਡੀਆ ਤੋਂ ਕਾਫੀ ਸਰ ਹੋ ਰਿਹਾ ਕਿ ਦੂਰ ਕਰੀ ਜਾ ਰਿਹਾ ਇੱਕ ਦੂਜੇ ਨੂੰ, ਇੰਸਟਾਗ੍ਰਾਮ, ਫੇਸਬੁੱਕ, ਬਟ ਮੈਂ ਫੇਸਬੁੱਕ ਨਹੀਂ ਚਲਾਉਂਦੀ ਸਰ, ਇੰਸਟਾਗ੍ਰਾਮ ਹੀ ਚਲਾਉਂਦੀ ਹਾਂ। ਓਕੇ ਜੀ, ਥੈਂਕ ਯੂ। ਅਤੇ ਚਲੋ ਤੁਹਾਡਾ ਦੂਜਾ ਸਵਾਲ ਮੈਂ ਪੁੱਛਣਾ ਤੁਹਾਨੂੰ। ਹਾਂਜੀ, ਦੇਖੋ ਜੀ, ਜਿਹੜਾ ਵਿਆਹ ਜਦ ਹੁੰਦਾ ਹੈ, ਹਾਂਜੀ ਸਰ, ਉਹਦੇ 'ਚ ਸਰਬਾਲਾ ਕੌਣ ਹੁੰਦਾ ਹੈ? ਸਰ, ਸਰਬਾਲਾ ਹੁੰਦਾ ਆ ਮੁੰਡੇ ਦਾ ਭਰਾ। ਹਾਂਜੀ, ਮੁੰਡੇ ਦਾ ਭਰਾ। ਹਾਂਜੀ। ਅੱਛਾ ਜੀ, ਚਲੋ ਠੀਕ ਹੈ ਜੀ, ਥੈਂਕ ਯੂ ਵੈਰੀ ਮੱਚ ਐਂਡ ਵਿਸ਼ ਯੂ ਆਲ ਦਾ ਲੱਕ, ਆਲ ਦਾ ਬੈਸਟ। ਥੈਂਕ ਯੂ ਸਰ। ਥੈਂਕ ਯੂ ਮਨੀਸ਼ ਜੀ। ਅਤੇ ਉਸ ਤੋਂ ਬਾਅਦ ਸਾਡੇ ਅਗਲੇ ਜਿਹੜਾ ਸਵਾਲ ਕਰਨ ਜਾ ਰਹੇ ਨੇ ਉਹ ਨੇ ਗੁਰਪ੍ਰੀਤ ਚੱਡਾ ਜੀ। ਪ੍ਰਿਤਪਾਲ, ਪਹਿਲੇ ਤਾਂ ਮੈਂ ਤੁਹਾਨੂੰ ਕੰਪਲੀਮੈਂਟ ਦੇ ਦਾਂ, ਤੁਹਾਡਾ ਆਪਣਾ ਔਰਾ ਤਾਂ ਬਹੁਤ ਸੋਹਣਾ ਹੈ ਹੀ ਹੈ, ਐਂਕਰਿੰਗ ਵੀ ਬਹੁਤ ਜ਼ਬਰਦਸਤ ਹੈਗੀ ਹੈ, ਇਹ ਲੱਗ ਨਹੀਂ ਰਿਹਾ ਕਿ ਤੁਸੀਂ ਪਹਿਲੀ ਵਾਰੀ ਪਰਫੋਰਮ ਕਰ ਰਹੇ ਹੋ PTC ਦੇ ਪਲੈਟਫਾਰਮ 'ਤੇ, ਪਹਿਲੀ ਵਾਰੀ ਕਰ ਰਹੀ ਹਾਂ। ਥਰਡ ਕੰਪਲੀਮੈਂਟ ਇਜ਼ ਯੂ ਰਿਜ਼ੈਂਬਲ ਅ ਲੋਟ ਵਿਦ ਰਾਨੀ ਮੁਖਰਜੀ। ਥੈਂਕ ਯੂ ਜੀ। ਐਂਡ ਗੁਰਜੀਤ, ਤੁਸੀਂ ਤੇ ਕਮਾਲ ਟਾਇਆ ਹੋਇਆ, ਸੀਰੀਅਸਲੀ ਸੋਚ ਰਿਹਾ ਸੀਗਾ ਕਿ ਕੁਝ ਆਊਗਾ, ਨਹੀਂ ਆਊਗਾ, ਟੋਟਲੀ ਫਲੈਟਰ ਹੋ ਗਈ ਅੱਜ। ਓਹੋ, ਗੁਲਾਬਾ ਭਾਬੀ ਦਾ ਕੀ ਕਰੀਏ, ਜਾਣੇ ਦੋ 4000 ਘਟਾ ਦਿਓ, ਕੋਈ ਗੱਲ ਨਹੀਂ ਹੈਗੀ, ਅੱਜ ਪੈਸੇ ਨਾ ਵੀ ਦੇਣ। ਚਲੋ ਜੀ, ਸਵਾਲ ਕਿਤੋਂ ਕਰੋਗੇ ਤੁਸੀਂ? ਸਾਰੇ ਕੰਟੈਸਟੈਂਟਸ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ, ਤੁਸੀਂ ਇੱਥੇ ਤੱਕ ਪਹੁੰਚੇ ਹੋ, ਇਹ ਬਹੁਤ ਹੀ ਵੱਡਾ ਲੰਬਾ ਪੈਂਡਾ ਅਤੇ ਉੱਚੀਆਂ ਚੜ੍ਹਾਈਆਂ ਤੈਅ ਕਰਕੇ ਤੁਸੀਂ ਇੱਥੇ ਤੱਕ ਆਏ ਹੋ। ਸੋ ਮੇਰਾ ਸਵਾਲ ਹੈਗਾ ਕੰਟੈਸਟੈਂਟ ਨੰਬਰ 8 ਜਸ਼ਨ ਜੋਤ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਸ਼ਨ, ਤੁਹਾਡੀ ਸਮਾਈਲ ਬੜੀ ਸੋਹਣੀ ਹੈ। ਥੈਂਕ ਯੂ ਮੈਮ। ਮਿਸ PTC ਪੰਜਾਬੀ ਦਾ ਖਿਤਾਬ ਹਾਸਿਲ ਕਰਨ ਤੋਂ ਬਾਅਦ ਕਿਹੜਾ ਇੱਕ ਐਸਾ ਕੰਮ ਹੈ ਜੋ ਕਰਨਾ ਚਾਹੋਗੇ? ਪਹਿਲਾ ਕੰਮ ਮਿਸ PTC ਪੰਜਾਬੀ ਗੁਰਦੁਆਰੇ ਜਾਣਾ ਚਾਹਾਂਗੀ, ਕਿਉਂਕਿ ਇੱਥੇ ਤੱਕ ਇੱਕ ਤਾਂ ਹੁੰਦਾ ਕਿ ਮਿਹਨਤ ਮੇਰੀ ਅਤੇ ਰਹਿਮਤ ਤੇਰੀ, ਮੈਨੂੰ ਇੱਥੇ ਤੱਕ ਪਹੁੰਚਾਇਆ ਆਪਣੀ ਮਿਹਨਤ ਨੇ, ਪਰ ਰਹਿਮਤ ਦਿੱਤੀ ਹੈ ਮੇਰੇ ਰੱਬ ਨੇ, ਤਾਂ ਮੈਂ ਰੱਬ ਪਹਿਲਾਂ ਗੁਰਦੁਆਰੇ ਹੀ ਜਾਵਾਂਗੀ, ਇੱਥੋਂ ਨਿਕਲਦਿਆਂ ਜਿਹੜਾ ਵੀ ਗੁਰਦੁਆਰਾ ਮੈਨੂੰ ਸਾਹਮਣੇ ਦਿਖੇਗਾ ਮੈਂ ਉੱਥੇ ਹੀ ਜਾ ਕੇ ਵੜਾਂਗੀ। ਗੁਰਦੁਆਰੇ 'ਤੇ ਤੁਸੀਂ ਸ਼ੁਕਰਾਨਾ ਕਰਨ ਚਲੇ ਗਏ, ਬਟ ਕਮਿਊਨਿਟੀ ਲਈ, ਸੋਸਾਇਟੀ ਲਈ ਕਿਹੜਾ ਐਸਾ ਕੰਮ ਹੈ ਜੋ ਐਜ਼ ਅ ਵਿਨਰ ਇੱਕ PTC ਪੰਜਾਬੀ ਤੋਂ ਸਭ ਐਕਸਪੈਕਟ ਕਰਦੇ ਨੇ ਤੁਸੀਂ ਕਰੋਗੇ? ਮੇਰੀ ਨਾ ਛੋਟੇ ਹੁੰਦਿਆਂ ਤੋਂ ਇੱਕ ਦਿਲੀ ਇੱਛਾ ਸੀ ਕਿ ਮੈਂ ਪਿੰਗਲਵਾੜੇ ਦੇ ਨਾਲ ਜੁੜਾਂ, ਕਿਉਂਕਿ ਮੈਂ ਬਹੁਤ ਜ਼ਿਆਦਾ ਭਗਤ ਪੂਰਨ ਸਿੰਘ ਜੀ ਤੋਂ ਇੰਸਪਾਇਰ ਹਾਂ, ਡਾਕਟਰ ਇੰਦਰਜੀਤ ਕੌਰ ਤੋਂ, ਅਤੇ ਮੇਰਾ ਬੜਾ ਦਿਲ ਕਰਦਾ ਕਿ ਜਿਹੜੇ ਮੇ NGOs ਹੁੰਦੇ ਨੇ ਮੈਂ ਉਹਨਾਂ ਨੂੰ ਜੁਆਇਨ ਕਰਾਂ, ਕਿ ਮੈਂ ਕੁੜੀਆਂ ਦੀ ਹੈਲਪ ਕਰਾਂ, ਅਤੇ ਮੇਰਾ ਕਮਿਊਨਿਟੀ ਵਾਸਤੇ ਮੇਰਾ ਇਹੀ ਕੰਮ ਰਹੇਗਾ ਪਹਿਲਾਂ। ਵੈਰੀ ਗੁੱਡ, ਭਗਤ ਪੂਰਨ ਸਿੰਘ ਜੀ ਤੋਂ ਤਾਂ ਹਰ ਕੋਈ ਇੰਸਪਾਇਰਡ ਹੈ। ਹਾਂਜੀ। ਸੋ
ਮੇਰਾ ਦੂਸਰਾ ਸਵਾਲ ਤੁਹਾਡੇ ਤੋਂ ਹੈ, ਫਤਿਹ ਬੁਰਜ ਜਿਸ ਨੂੰ ਵਿਕਟਰੀ ਟਾਵਰ ਵੀ ਕਿਹਾ ਜਾਂਦਾ ਹੈ, ਜਿਹੜਾ ਕਿ ਭਾਰਤ ਦੇ ਸਭ ਤੋਂ ਉੱਚੇ ਟਾਵਰਸ ਵਿੱਚ ਮੰਨਿਆ ਜਾਂਦਾ ਹੈ, ਉਹ ਕਿੱਥੇ ਸਥਿਤ ਹੈ? ਚੱਪੜਚਿੜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਮ 'ਤੇ। ਵੈਰੀ ਗੁੱਡ, SAS ਨਗਰ। ਹਾਂਜੀ ਹਾਂਜੀ, ਥੈਂਕ ਯੂ। ਥੈਂਕ ਯੂ ਮੈਮ। ਥੈਂਕ ਯੂ ਜੀ। ਅਤੇ ਹੁਣ ਆਪਾਂ ਫਿਰ ਮੁੜਾਉਂਦੇ ਹਾਂ ਮਨੀਸ਼ ਪਾਲ ਕੋਲ। ਪਲੀਜ਼ ਤੁਸੀਂ ਦੱਸੋ ਕਿ ਹੁਣ ਤੁਸੀਂ ਕਿਹ ਤੋਂ ਪੁੱਛਣ ਵਾਲੇ ਹੋ ਸਵਾਲ। ਹਾਂਜੀ, ਅਤੇ ਨੰਬਰ 4 ਅਤੇ ਨੰਬਰ 11 ਤੁਸੀਂ ਰਹਿ ਗਏ ਹੋ, ਦੋਨਾਂ ਕੋਲੋਂ ਨੇ ਪੁੱਛਿਆ ਗਿਆ ਨਾ, ਅਤੇ ਚਲੋ ਮੈਂ ਪੁੱਛਣਾ। ਅਤੇ ਨੰਬਰ 11 ਸਿਮਰਨਦੀਪ ਜੀ। ਹਾਂਜੀ, ਮਾਈਕ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਠੀਕ ਹੋ ਤੁਸੀਂ? ਹਾਂਜੀ। ਨਰਵਸ ਤਾਂ ਨਹੀਂ ਹੋ ਰਹੇ? ਟੈਨਸ਼ਨ ਨਹੀਂ? ਆਲ ਓਕੇ, ਬਹੁਤ ਵਧੀਆ। ਅੱਛਾ, ਮੈਨੂੰ ਦੱਸੋ, ਕਾਨੂੰਨ ਜਿਹੜਾ ਨਾ ਬੜੀਆਂ ਪਾਬੰਦੀਆਂ ਲਾਉਂਦਾ ਹੈ, ਇੱਕ ਦਿਨ ਵਾਸਤੇ ਸਾਰੀਆਂ ਪਾਬੰਦੀਆਂ ਹਟ ਜਾਣ ਤਾਂ ਤੁਸੀਂ ਕੀ ਕਰਨਾ ਚਾਹੋਗੇ? ਸਰ, ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਅਤੇ ਨਿੱਘੀ ਸਤਿ ਸ਼੍ਰੀ ਅਕਾਲ ਜੀ। ਅਤੇ ਇਸ ਕੁਐਸਚਨ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਦੋ ਲਾਈਨਾਂ ਕਹਿਣਾ ਚਾਹਾਂਗੀ। ਜਿੱਥੇ ਗੁਰੂ ਨਾਨਕ ਦੇਵ ਜੀ ਵਰਗੇ ਗੁਰੂ ਅਤੇ ਸ਼੍ਰੀ ਗੋਬਿੰਦ ਸਿੰਘ ਜੀ ਵਰਗੇ ਗਿਆਨੀ, ਜਿੱਥੇ ਭਗਤ ਸਿੰਘ ਵਰਗੇ ਯੋਧਿਆਂ ਨੇ ਮੌਤ ਵੀ ਮਾਣੀ, ਜਿਹਦੀ ਹਵਾ ਮਹਿਕਾ ਵਣਤੀ ਅਤੇ ਜਿਹਦਾ ਅੰਮ੍ਰਿਤ ਪਾਣੀ, ਕੀ ਸਿਫਤ ਕਰਾਂ ਮੈਂ ਦੇਸ਼ ਪੰਜਾਬ ਦੀ, ਨੀ ਮੇਰੀ ਸੋਚ ਨਿਮਾਣੀ, ਨੀ ਮੇਰੀ ਸੋਚ ਨਿਮਾਣੀ। ਥੈਂਕ ਯੂ ਫੋਰ ਦ ਕੁਐਸਚਨ ਸਰ। ਜੇ ਕਾਨੂੰਨ ਇੱਕ ਦਿਨ ਵਾਸਤੇ ਜੇ ਰੂਲਸ ਨਾ ਹੋਣ, ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਭਰੂਣ ਹੱਤਿਆ ਜਿਹੜਾ ਅੱਜ ਕੱਲ੍ਹ ਘੱਟ ਰਿਹਾ ਹੈ, ਉਹਨੂੰ ਮੈਂ ਹੋਰ ਘਟਾਉਣਾ ਚਾਹਾਂਗੀ। ਸਾਰੀ ਫੈਮਲੀਜ਼ ਨੂੰ ਇੰਪੋਰਟੈਂਸ, ਕੁੜੀਆਂ ਦੀ ਇੰਪੋਰਟੈਂਸ ਫੀਲ ਕਰਾਉਣਾ ਚਾਹਾਂਗੀ। ਜਿਹੜਾ ਮਿਡਲ ਕਲਾਸ ਅਤੇ ਲੋਅਰ ਕਲਾਸ ਅਤੇ ਜਿਹੜਾ ਰਿਚ ਕਲਾਸ ਹੈ, ਉਹਨਾਂ ਦਾ ਜਿਹੜਾ ਡਿਫਰੈਂਸ ਆ, ਮੈਂ ਉਹਨਾਂ ਨੂੰ ਵੀ ਹਟਾਉਣਾ ਚਾਹਾਂਗੀ। ਕਿਉਂਕਿ ਸਾਡੇ ਕਾਨੂੰਨ ਦੇ ਕਰਕੇ ਕਿਤੇ ਨਾ ਕਿਤੇ ਜਿਹੜੀ ਸਾਡੀ ਲੋਅਰ ਕਲਾਸ ਅਤੇ ਜਿਹੜੀ ਰਿਚਰ ਕਲਾਸ ਹੈ, ਉਹਦੇ ਵਿੱਚ ਜਿਹੜੀ ਬਾਉਂਡਰੀ ਹੈ ਉਹ ਬਹੁਤ ਵੱਧ ਗਈ ਹੈ, ਅਤੇ ਮੈਂ ਉਹ ਬਾਉਂਡਰੀ ਹਟਾਉਣਾ ਚਾਹਾਂਗੀ। ਕਈ ਇੱਦਾਂ ਦੇ ਮੇਰੇ ਵਰਗੇ, ਕਈ ਇੱਦਾਂ ਦੇ ਭੈਣ ਅਤੇ ਭਰਾਵਾਂ ਨੇ ਜਿਨ੍ਹਾਂ ਦੇ ਕਾਫੀ ਡ੍ਰੀਮਸ ਨੇ, ਬਟ ਬਿਕੋਜ਼ ਆਫ ਫਾਈਨੈਂਸ਼ੀਅਲ ਕਹਿ ਲਓ ਤੁਸੀਂ, ਜਾਂ ਫਿਰ ਉਹਨਾਂ ਨੂੰ ਐਡਵਾਂਟੇਜ ਨਹੀਂ ਮਿਲਦੀ, ਉਹਨਾਂ ਨੂੰ ਓਪਰਚੁਨਿਟੀ ਨਹੀਂ ਮਿਲਦੀ, ਅਤੇ ਉਹ ਆਪਣਾ ਟੈਲੈਂਟ, ਉਹ ਆਪਣਾ ਐਜੂਕੇਸ਼ਨ, ਉਹ ਆਪਣਾ ਜੋ ਡਿਜ਼ਰਵ ਕਰਦੇ ਆ, ਉਹ ਉਹਨਾਂ ਨੂੰ ਨਹੀਂ ਮਿਲ ਪਾਉਂਦਾ। ਅਤੇ ਮੈਂ ਉਹਨਾਂ ਨੂੰ ਉਹ ਦਿਖਾਉਣਾ ਚਾਹਾਂਗੀ ਕਿ ਤੁਸੀਂ ਕਿੰਨੇ ਜ਼ਿਆਦਾ ਇੰਪੋਰਟੈਂਟ ਹੋ ਇਸ ਵਰਲਡ 'ਚ ਅਤੇ ਸਾਰੇ ਲਈ। ਥੈਂਕ ਯੂ ਸਰ। ਥੈਂਕ ਯੂ ਜੀ। ਆਸ ਕਰਦੇ ਹਾਂ ਜੋ ਸਵਾਲ ਤੁਸੀਂ ਪੁੱਛਿਆ ਸੀਗਾ ਉਹਦਾ ਜਵਾਬ ਮਿਲ ਗਿਆ ਹੋਵੇ। ਹਾਂਜੀ ਹਾਂਜੀ, ਬਿਲਕੁਲ ਮਿਲ ਗਿਆ। ਹਾਂਜੀ ਬਿਲਕੁਲ ਜੀ। ਤੇ ਇਹਦੇ ਨਾਲ ਆਪਾਂ ਇੱਕ ਹੋਰ, ਬਿਲਕੁਲ ਜੀ, ਰਾਨੀ ਮੁਖਰਜੀ ਜੀ ਤੁਹਾਡੀ ਪਰਮਿਸ਼ਨ ਹੋਏ ਇੱਕ ਹੋਰ ਪੁੱਛਣਾ ਸਵਾਲ। ਇੱਕ ਹੋਰ ਮੇਰਾ ਸਵਾਲ ਹੈਗਾ ਜੀ, ਸਿੱਖ ਰਾਜ ਦੇ ਆਖਰੀ ਮਹਾਰਾਜਾ ਦਾ ਕੀ ਨਾਂ ਸੀ? ਮਹਾਰਾਜਾ ਰਣਜੀਤ ਸਿੰਘ ਜੀ। ਓਕੇ ਜੀ, ਥੈਂਕ ਯੂ, ਆਲ ਦ ਬੈਸਟ। ਤੇ ਹੁਣ ਮੈਂ ਚਾਹੁੰਦੀ ਹਾਂ ਕਿ ਚਪਜੀ ਖਹਿਰਾ ਜੀ ਪੁੱਛਣ ਸਾਡੀ ਆਖਰੀ ਕੰਟੈਸਟੈਂਟ ਨੂੰ ਸਵਾਲ। ਜੀ ਚਪਜੀ ਖਹਿਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਮੇਰਾ ਕੁਐਸਚਨ ਤੁਹਾਨੂੰ ਹੈ, ਜਦੋਂ ਤੁਸੀਂ ਕਿਸੇ ਐਸੇ ਵਿਦੇਸ਼ੀ ਨੂੰ ਮਿਲੋ ਜਿਨ੍ਹਾਂ ਨੂੰ ਆਪਣੇ ਪੰਜਾਬ ਬਾਰੇ ਜਾਂ ਪੰਜਾਬੀਆਂ ਬਾਰੇ ਕੁਛ ਪਤਾ ਨਾ ਹੋਵੇ, ਤਾਂ ਤੁਸੀਂ ਉਹਨਾਂ ਨੂੰ ਕਿੱਦਾਂ ਐਕਸਪਲੇਨ ਕਰੋਗੇ ਕਿ ਪੰਜਾਬੀ ਕੌਣ ਹੁੰਦੇ ਨੇ, ਕੀ ਹੁੰਦੇ ਨੇ? ਧੰਨਵਾਦ ਮੈਮ ਬਹੁਤ ਬਹੁਤ ਤੁਹਾਡਾ ਇਸ ਕੁਐਸਚਨ ਲਈ। ਅਤੇ ਕਿਸੇ ਵੀ ਜਿਵੇਂ ਵਿਦੇਸ਼ੀ ਨੂੰ ਜਿਹਨੂੰ ਪੰਜਾਬ ਬਾਰੇ ਥੋੜ੍ਹਾ ਘੱਟ ਪਤਾ, ਤਾਂ ਉਹਨੂੰ ਕੁਛ ਵੀ ਦੱਸਣ ਨਾਲੋਂ ਬਿਹਤਰ ਹੈ ਉਹਨੂੰ ਮੈਂ ਆਪਣੇ ਪਿੰਡ ਲੈ ਕੇ ਜਾਊਂਗੀ, ਕਿਉਂਕਿ ਉੱਥੇ ਜਾ ਕੇ ਉਹਨੂੰ ਕੁਝ ਦੱਸਣ ਦੀ ਲੋੜ ਨਹੀਂ ਪਏਗੀ, ਸਾਰਾ ਪੰਜਾਬ ਉਹਦੀ ਅੱਖਾਂ ਦੇ ਅੱਗੇ ਹੋਏਗਾ। ਮੇਰੀ ਦਾਦੀ ਦੀਆਂ ਗੱਲਾਂ, ਮੇਰੇ ਦਾਦਾ ਜੀ ਦੀਆਂ ਸਮਝਾਂ, ਮੇਰੀ ਸਾਰੀ ਫੈਮਲੀ ਤੋਂ ਅੱਜ ਤੱਕ ਜੋ ਕੁਝ ਸਿੱਖਿਆ, ਉੱਥੇ ਦੇ ਰੀਤੀ ਰਿਵਾਜ਼, ਕਿਉਂਕਿ ਸ਼ਹਿਰ 'ਚ ਰਹਿੰਦੇ ਹੋਏ ਸ਼ਾਇਦ ਆਪਾਂ ਉਹਨਾਂ ਨੂੰ ਵਿਰਸੇ ਬਾਰੇ ਉਨਾ ਨਹੀਂ ਦੱਸ ਸਕਦੇ ਜਿੰਨਾ ਪਿੰਡ ਦੇ ਵਿੱਚ ਉਹਨਾਂ ਨੂੰ ਦਿਖਾ ਸਕਦੇ ਹਾਂ ਲਿਜਾ ਕੇ ਉੱਥੇ ਦੀਆਂ ਗੱਲਾਂ। ਹਾਲਾਂਕਿ ਪਿੰਡਾਂ 'ਚੋਂ ਅੱਜ ਕੱਲ੍ਹ ਕਾਫੀ ਹੱਦ ਤੱਕ ਉਹ ਚੀਜ਼ਾਂ ਵੀ ਖਤਮ ਹੋ ਚੁੱਕੀਆਂ ਨੇ, ਜਿਵੇਂ ਕਿ ਤ੍ਰਿੰਝਣਾ ਲਾ ਲਓ, ਪਰ ਮੇਰੇ ਪਿੰਡ ਵਿੱਚ ਇਹਨਾਂ ਦੀ ਕਾਫੀ ਹੱਦ ਤੱਕ ਹਜੇ ਵੀ ਹੈ ਮਾਤਰਾ। ਤਾਂ ਉਹਨਾਂ ਨੂੰ ਸੱਥ ਬਾਰੇ ਦੱਸਿਆ ਜਾ ਸਕਦਾ ਹੈ ਕਿ ਇੱਥੇ ਲੋਕ ਇਕੱਠੇ ਬੈਠ ਕੇ ਤਾਸ਼ ਖੇਡਦੇ ਹਨ, ਇੱਥੇ ਕੀ ਹੁੰਦਾ ਹੈ, ਕਿਉਂਕਿ ਵੈਸੇ ਵੀ ਮੇਰਾ ਇਹੀ ਮੰਨਣਾ ਹੈ ਕਿ ਪਿੰਡ ਦੀ ਹੀ ਜਾਈ ਹਾਂ ਮੈਂ, ਅਸੀਂ ਮੱਧ ਵਰਗੀ ਪਰਿਵਾਰਾਂ 'ਚੋਂ ਪਰ ਸੋਨ ਚਿੜੀ ਦੀਆਂ ਡਾਰਾਂ 'ਚੋਂ, ਸਾਡੇ ਸਿਰ 'ਤੇ ਖੁਦ ਨਿਰਭਉ ਨਿਰਵੈਰ ਤਾਈਓ ਵਿਖਦੀਆਂ ਵੱਖ ਹਜ਼ਾਰਾਂ 'ਚੋਂ। ਤਾਂ ਮੈਨੂੰ ਲੱਗਦਾ ਹੈ ਕਿ ਪਿੰਡ ਵਿੱਚੋਂ ਲਿਜਾ ਕੇ ਕਿਸੇ ਵੀ ਵਿਦੇਸ਼ੀ ਨੂੰ
ਚੰਗੀ ਤਰ੍ਹਾਂ ਨਾਲ ਸਮਝਾਇਆ ਜਾ ਸਕਦਾ ਹੈ ਪੰਜਾਬ ਬਾਰੇ। ਪਿੰਡ ਨਾਲ ਮੇਰੀਆਂ ਬਹੁਤ ਯਾਦਾਂ ਜੁੜੀਆਂ ਨੇ। ਜਦੋਂ ਫਿਲਮਾਂ ਕਰਨ ਦਾ ਮੌਕਾ ਮਿਲਦਾ ਅਤੇ ਪਿੰਡਾਂ 'ਚ ਕਈ ਵਾਰੀ ਸ਼ੂਟਿੰਗ ਹੁੰਦੀ ਹੈ ਅਤੇ ਮੈਂ ਰੱਬ ਦਾ ਉਦੋਂ ਸ਼ੁਕਰਗੁਜ਼ਾਰ ਕਰਦੀ ਹਾਂ ਕਿ ਥੈਂਕ ਯੂ ਵਾਪਸ ਫਿਰ ਮੈਨੂੰ ਜਿਹੜੀ ਮੇਰੀ ਮਿੱਟੀ ਆ ਯੂ ਨੋ ਉਹਦੇ ਨਾਲ ਇੱਕ ਵਾਰੀ ਫਿਰ ਜੋੜਨ ਦਾ ਮੌਕਾ ਮਿਲਿਆ। ਦਾਦੀ ਦਾ ਪਿਆਰ, ਦਾਦਰ ਜੀ ਦਾ ਪਿਆਰ ਤੋਂ ਇਹ ਚੀਜ਼ਾਂ ਭੁੱਲੀਆਂ ਨਹੀਂ ਜਾ ਸਕਦੀਆਂ। ਮੇਰਾ ਦੂਸਰਾ ਕੁਐਸਚਨ ਹੈ, ਪੰਜਾਬ ਦੇ ਪਹਿਲੇ ਚੀਫ ਮਿਨਿਸਟਰ ਦਾ ਕੀ ਨਾਮ ਹੈ? ਮੈਮ, ਗਿਆਨੀ ਜੈਲਦਾਰ ਸਿੰਘ ਜੀ। ਥੈਂਕ ਯੂ, ਥੈਂਕ ਯੂ। ਆਲਰਾਈਟ, ਥੈਂਕ ਯੂ ਸੋ ਮਚ ਜੱਜਿਸ। ਇੱਕ ਵਾਰ ਜ਼ੋਰਦਾਰ ਤਾੜੀਆਂ ਹੋ ਜਾਣ ਸਾਡੇ ਜੱਜਿਸ ਲਈ। ਤੇ ਬਸ ਹੁਣ ਥੋੜ੍ਹੇ ਆਹਾ ਤਾੜੀਆਂ ਕੀ ਗੱਲ ਘੱਟ ਹੋ ਗਈਆਂ ਇੱਧਰ ਵਾਲਿਓ। ਥੈਂਕ ਯੂ ਸੋ ਮਚ। ਬਸ ਹੁਣ ਮੇਰੇ ਖਿਆਲ 'ਚ ਚੰਦ ਕਦਮ ਹੀ ਇਹ ਪਿੱਛੇ ਹੈਗੇ ਨੇ ਉਸ ਖਿਤਾਬ ਦੇ ਜਿਹਦੇ ਲਈ ਇਹ ਅੱਜ ਆਪਾਂ ਸਾਰੇ ਇੱਥੇ ਇਕੱਠੇ ਹੋਏ ਹਾਂ। ਇਹ ਸਾਰੀਆਂ ਮੁਟਿਆਰਾਂ ਇੱਥੇ ਇਕੱਠੀਆਂ ਹੋਈਆਂ ਨੇ, ਸੋ 6 ਵਿੱਚੋਂ ਕਿਸੇ ਇੱਕ ਦੇ ਹੀ ਸਿਰ 'ਤੇ ਸਜੇਗਾ ਜੀ ਤਾਜ ਮਿਸ PDC ਪੰਜਾਬੀ 2018 ਦਾ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ, ਜਿੰਨੀ ਸੋਹਣੀਆਂ ਮੁਟਿਆਰਾਂ ਇੱਥੇ ਆਈਆਂ ਨੇ। ਤੁਹਾਨੂੰ ਆਪਾਂ ਫਿਰ ਜਲਦੀ ਸੱਦਾ ਦਿੰਦੇ ਹਾਂ, ਤਦ ਤੱਕ ਤੁਸੀਂ ਬੈਕ ਸਟੇਜ ਵੇਟ ਕਰੋ। ਓਕੇ, ਜੱਜਿਸ ਮੇਰੇ ਖਿਆਲ 'ਚ ਕੁਝ ਕਹਿਣਾ ਚਾਹੁੰਦੇ ਨੇ ਜੀ? ਮੇਰਾ ਖਿਆਲ ਹੈ ਜਪਜੀ ਜੀ, ਵੀ ਆਪਾਂ ਜਿਹੜਾ ਸਵਾਲ ਉਹਨਾਂ ਨੇ ਦੱਸਿਆ ਉਹਦਾ ਸਹੀ ਜਵਾਬ ਜ਼ਰੂਰ ਤੁਸੀਂ ਦੱਸ ਦਿਓ ਕਿ ਕੌਣ ਸੀਗੇ ਪਹਿਲੇ ਜਿਹੜਾ ਤੁਸੀਂ ਜਵਾਬ ਨਹੀਂ ਦੇ ਪਾਏ। ਉਹਨਾਂ ਦਾ ਨਾਮ ਹੈ ਗੋਪੀ ਚੰਦ ਜੀ। ਕਿਉਂਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਵਾਲ ਦਾ ਜਵਾਬ ਤੁਸੀਂ ਸਹੀ ਦਿੱਤਾ ਕਿ ਨਹੀਂ, ਤਾਂ ਕਿ ਰਿਜ਼ਲਟ ਜਦੋਂ ਆਵੇ ਤਾਂ ਤੁਹਾਡੇ ਮਨ 'ਚ ਕੋਈ ਸ਼ੰਕਾ ਨਾ ਰਹੇ ਕਿ ਮੈਂ ਜਵਾਬ ਦਿੱਤਾ ਸੀ, ਕਿਉਂਕਿ ਉਸ ਤੋਂ ਬਾਅਦ ਤੁਸੀਂ ਪ੍ਰੋਗਰਾਮ TV 'ਤੇ ਦੇਖਣਾ। ਵੈਸੇ ਪਤਾ ਤੁਹਾਨੂੰ ਲੱਗ ਗਿਆ ਸੀ ਕਿ ਗਲਤ ਜਵਾਬ ਦਿੱਤਾ ਤੁਸੀਂ, ਬਟ ਸਾਡਾ ਇਹ ਬਣਦਾ ਕਿ ਅਸੀਂ ਕਰੈਕਟ ਕਰਕੇ ਦੱਸ ਦਈਏ ਤਾਂ ਕਿ ਅੱਗੇ ਤੋਂ ਮਤਲਬ ਥੋੜ੍ਹੇ ਜ਼ਹਿਨ 'ਚ ਰਹੇ ਕਿ ਇਹ ਨਾਮ ਹੈ। ਠੀਕ ਹੈ ਜੀ, ਥੈਂਕ ਯੂ। ਥੈਂਕ ਯੂ ਜੱਜਿਸ, ਥੈਂਕ ਯੂ ਸੋ ਮਚ। ਅਤੇ ਹੁਣ ਅਸੀਂ ਰਿਕੁਐਸਟ ਕਰਾਂਗੇ ਇਹਨਾਂ ਸਾਰੀਆਂ ਮੁਟਿਆਰਾਂ ਨੂੰ ਕਿ ਪਲੀਜ਼ ਤੁਸੀਂ ਬੈਕ ਸਟੇਜ 'ਤੇ ਜਾਓ, ਕਿਉਂਕਿ ਰਿਜ਼ਲਟ ਲਈ ਹਲੇ ਥੋੜ੍ਹਾ ਜਿਹਾ ਆਪਾਂ ਸਾਰਿਆਂ ਨੂੰ ਇੱਥੇ ਵੇਟ ਕਰਨੀ ਪੈਣੀ। ਰਾਈਟ, ਇੱਕ ਵਾਰ ਜ਼ੋਰਦਾਰ ਤਾੜੀਆਂ ਜੀ ਇਹਨਾਂ 6 ਫਾਈਨਲਿਸਟ ਲਈ। ਪੰਜਾਬ।